ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਕਿਸ ਤਰ੍ਹਾਂ ਨੱਥ ਪਾਉਣੀ ਹੈ ਅਤੇ ਉਹਨਾਂ 'ਤੇ ਕਿਹੜੀ ਕਾਰਵਾਈ ਕਰਨ ਦਾ ਫੈਸਲਾ ਲੈਣ ਸੰਬੰਧੀ ਅੱਜ ਅੰਮ੍ਰਿਤਸਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਵਿੱਚ ਪੰਜਾਬ ਦੇ DGP ਦਿਨਕਰ ਗੁਪਤਾ, ADGP ਈਸ਼ਵਰ ਸਿੰਘ ਦੇ ਇਲਾਵਾ STF ਚੀਫ ਗੁਰਪ੍ਰੀਤ ਕੌਰ ਦਿਓ ਨੇ ਬਾਰਡਰ ਰੇਂਜ ਦੇ IG ਅਤੇ SSP ਨਾਲ ਗੱਲਬਾਤ ਕੀਤੀ। ਇਸ ਬੈਠਕ ਦੇ ਪਿੱਛੋਂ STF ਚੀਫ ਗੁਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਬਾਰਡਰ ਜ਼ੋਨ 'ਚ ਨਸ਼ਾ ਤਸਕਰਾਂ 'ਤੇ ਲਗਾਮ ਕੱਸਣ ਲਈ ਸਖ਼ਤ ਰਣਨੀਤੀ ਤਿਆਰ ਕੀਤੀ ਗਈ ਹੈ। ਉਹਨਾਂ ਸਪਸ਼ਟ ਕੀਤਾ ਕਿ ਬਾਰਡਰ ਦੇ ਕਈ ਤਸਕਰ ਫਿਰ ਤੋਂ ਸਰਗਰਮ ਹਨ, ਜਿਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਯਹਾਂ ਅੰਮ੍ਰਿਤਸਰ ਮੈਂ DG ਸਾਹਿਬ ਆਏ ਸੀਗੇ, DG ਪੰਜਾਬ, ਅਤੇ ਅਸੀਂ ਬਾਰਡਰ ਜ਼ਿਲ੍ਹਿਆਂ ਦੇ ਸਾਰੇ ਆਫਿਸਰਸ ਨੂੰ ਬੁਲਾਇਆ ਸੀਗਾ ਫੋਰ ਅ ਡਿਸਕਸ਼ਨ ਔਨ ਦੀ ਕੈਚਿੰਗ ਦੀ ਡਰੱਗ ਪੈਡਲਰਸ ਐਂਡ ਦੀ ਮੇਨ ਸਮਗਲਰਸ ਇਨ ਦੀ ਏਰੀਆ। ਸੋ ਉਹਦੀ ਜਿਹੜੀ ਸਟ੍ਰੈਟੇਜੀ ਕੀ ਹੈ ਔਰ ਕੀ ਸਾਡਾ ਐਕਸ਼ਨ ਪਲਾਨ ਹੈ ਔਰ ਅੱਗੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਕੀ ਕਾਰਵਾਈ ਕਰਾਂਗੇ ਉਹਦੇ ਬਾਰੇ ਡਿਸਕਸ਼ਨ ਹੋਈ ਸੀ। 132 ਖੰਡਵਾਰਾ ਤੋਂ JNK ਤੋਂ ਉਹਦਾ ਫਿਗਰ ਹੋਇਆ, ਲਾਹੌਰ ਦੇ ਬੰਦੇ ਫਿਗਰ ਹੋਏ ਹੈ ਔਰ ਇੱਥੇ ਜੋ ਟ੍ਰੇਡਿੰਗ ਕੰਸਾਈਨਮੈਂਟ ਰੌਕ ਸਾਲਟ ਦੀ ਆ ਰਹੀ ਸੀਗੀ ਉਹ 2 ਜਗ੍ਹਾ 'ਤੇ ਉਹਦਾ ਉਹ ਵੀ ਫਿਗਰ ਹੋਇਆ। ਸੋ ਉਹ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਅਤੇ ਇੱਥੇ ਲੋਕਲ ਹਵੇਲੀਆਂ ਪਿੰਡ ਹੈ ਔਰ ਸਰਾਇਆ ਅਮਾਨਤ ਖਾਨ ਦੇ ਏਰੀਆ ਦੇ ਜਿਹੜੇ ਲੋਕ ਹੈ ਉਹ ਫਿਗਰ ਹੋਏ ਹੈ, ਪਰ ਇਹ ਇੱਕ ਵੱਡੀ ਕੰਸਾਈਨਮੈਂਟ ਸੀ। ਸੋ ਇਹਦਾ ਜਿਹੜਾ ਕਿੰਨਾ ਉਹਦਾ ਸਕੋਪ ਔਰ ਬ੍ਰੈਥ ਹੈ ਉਹਦੇ ਬਾਰੇ ਆਉਣ ਵਾਲੇ ਦਿਨਾਂ ਵਿੱਚ ਇਨਵੈਸਟੀਗੇਸ਼ਨ ਦੇ ਦੌਰਾਨ ਇਹਦੇ ਵਿੱਚ ਪਤਾ ਲੱਗਾ ਕਿ ਜੇਲ੍ਹਾਂ ਦੇ ਵਿੱਚ ਵੀ ਬਹਿ ਕੇ ਜਿਹੜੇ ਸਮਗਲਰਸ ਨੇ ਉਹ ਪਾਕਿਸਤਾਨ ਦੇ ਤਸਕਰ ਦੇ ਨਾਲ ਮਿਲ ਰਹੇ ਹੈ। ਜੈਮਰ ਲਗਾਉਣ ਦੀ ਕਾਫ਼ੀ ਡਿਮਾਂਡ ਜਿਹੜੀ ਹੈ DGP ਵੱਲੋਂ ਵੀ ਕੀਤੀ ਜਾਂਦੀ ਰਹੀ ਤੁਹਾਡੇ ਵੱਲੋਂ ਵੀ, ਲੇਕਿਨ ਜੇਲ੍ਹਾਂ ਦੇ ਵਿੱਚੋਂ ਜਿਹੜਾ ਨੈਕਸਸ ਚੱਲ ਰਿਹਾ ਉਹਨੂੰ ਰੋਕਣ ਵਾਸਤੇ ਕੀ ਕੁਛ? ਅਸੀਂ ਜਿਹੜੀ ਅੱਜ ਡਿਸਕਸ਼ਨ ਕਰ ਰਹੇ ਸੀਗੇ ਉਹ ਫੋਕਸਡ ਸੀਗੀ ਕਿ ਬਾਰਡਰ ਵਿੱਚ ਜਿਹੜੇ ਸਮਗਲਰਸ ਕੰਮ ਕਰ ਰਹੇ ਨੇ ਉਹਨਾਂ ਦੀ ਕੀ ਨੈਟਵਰਕ ਹੈ ਔਰ ਉਹਨਾਂ ਦੀ ਜਿਹੜੀ ਪ੍ਰੋਕਲੇਮਡ ਓਫੈਂਡਰਸ ਕਿਹੜੇ ਹੈ ਉਹਨਾਂ ਨੂੰ ਕਿਵੇਂ ਫੜਨਾ ਹੈ ਉਹਦੀ ਇੱਕ ਸਟ੍ਰੈਟੇਜੀ ਬਣਾਉਣ ਦਾ ਸੀਗਾ। ਔਰ ਇਹ ਵੀ ਸੀਗਾ ਕਿ ਜਿਹੜੇ ਅਸੀਂ ਇਹ ਨਾ ਕਰੀਏ ਕਿ ਸਮਾਲ ਟਾਈਮ ਪੈਡਲਰਸ ਨੂੰ ਹੀ ਫੜੀਏ, ਪਰ ਜਿਹੜੇ ਮੇਨ ਸਪਲਾਈਅਰਸ ਉਹਨਾਂ ਤੱਕ ਦੇਖੋ ਹੁਣ ਅਸੀਂ ਇਨਵੈਸਟੀਗੇਸ਼ਨ ਉਹਦੇ ਵਿੱਚ ਕਰ ਰਹੇ ਹਾਂ ਔਰ ਜਿੰਨਾ ਤੁਹਾਨੂੰ ਦੱਸ ਦਿੱਤਾ ਦੈਟ ਇਜ਼ ਇਨਫ ਫੋਰ ਦ ਟਾਈਮ। ਬਿਊਰੋ ਰਿਪੋਰਟ, ਪੰਜਾਬ ਟੂਡੇ।